ਗੁਰਪ੍ਰੀਤ ਦੇ ਗਜੰਟ ਸਿੰਘ ਜਿੰਦਾਬਾਦ ਜਿੰਦਾਬਾਦ 26 ਜਨਵਰੀ ਨੂੰ ਹੋਈ ਹਿੰਸਾ ਦੌਰਾਨ ਗ੍ਰਿਫਤਾਰ ਕੀਤੇ ਨੌਜਵਾਨ ਹੌਲੀ ਹੌਲੀ ਰਿਹਾ ਹੋ ਰਹੇ ਨੇ ਜਿਸ ਤਹਿਤ ਗੁਰਦਾਸਪੁਰ ਦੇ ਪਿੰਡ ਭਰਥ ਮਠੋਲਾ ਦੇ ਦੋ ਨੌਜਵਾਨ ਕਿਸਾਨ ਗੁਰਜੰਟ ਸਿੰਘ ਤੇ ਗੁਰਪ੍ਰੀਤ ਸਿੰਘ ਜੇਲ੍ਹ ਤੋਂ ਰਿਹਾ ਹੋ ਕੇ ਆਪਣੇ ਪਿੰਡ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। रिहा होके आए नौजवानों का कहना है कि पुलिस वालों उन्होंने बहुत तशद्दद किया गया, उन्होंने खालिस्तानी कह के इल्जाम लगाए गए। किसानों मुताबिक वो मुड़ दिल्ली जाएंगे ते किसानों के संघर्ष के लिए होर भी जोश नाल लड़ाई लड़नगे। ਪੁੱਛਿਆ ਸੀ ਉਹਨਾਂ ਨੂੰ ਵੀ ਗੱਲ ਤਾਂ ਦੱਸੋ ਕੀ ਹੈ, ਬਸ ਉਹ ਇਹ ਕਹਿੰਦੇ ਵੀ ਖਾਲਿਸਤਾਨੀ ਤੁਸੀਂ ਅੱਤਵਾਦੀ ਜੇ, ਤੇ ਬਸ ਉਹਨਾਂ ਨੇ ਸਾਨੂੰ ਅਰੈਸਟ ਕਰ ਲਿਆ ਜੀ। ਉੱਥੋਂ ਹੌਸਲਾ ਵਧਿਆ ਜੀ, ਅੱਗੇ ਨਾਲ ਬਹੁਤ ਚੜ੍ਹਦੀ ਕਲਾ, ਇੱਥੇ ਆਣ ਕੇ ਸਗੋਂ ਹੋਰ ਵਧਿਆ ਜਦੋਂ ਵੇਖਿਆ ਵੀ ਸਾਰੇ ਜਣੇ ਇੱਦਾਂ ਇੰਨਾ ਪਿਆਰ ਮਿਲਿਆ ਜੀ ਸਾਰਿਆਂ ਵੱਲੋਂ, ਅਤੇ ਹੌਸਲਾ ਤਾਂ ਚੜ੍ਹਦੀ ਕਲਾ, ਮਹਾਰਾਜ ਦੀ ਕਿਰਪਾ ਵਾ ਜੀ। ਹਾਂਜੀ ਜੀ ਜਾਵਾਂ, ਜ਼ਰੂਰ ਜਾਵਾਂਗੇ ਜੀ, ਉੱਥੇ ਅਸੀਂ ਸਗੋਂ ਵੇਖ ਕੇ ਆਏ, ਹੁਣ ਅੱਗੇ ਨਾ ਵੀ ਇਕੱਠ ਜ਼ਿਆਦਾ ਆਇਆ ਵਾ ਤਾਂ ਜ਼ਰੂਰ ਜਾਵਾਂਗੇ। ਅਸੀਂ ਸਾਰਿਆਂ ਨੂੰ ਸਗੋਂ ਅਪੀਲ ਕਰਦੇ ਹਾਂ ਕਿ ਜਿਹੜੇ ਨਹੀਂ ਗਏ ਉਹ ਵੀ ਜਾਣ, ਅਤੇ ਉੱਥੇ ਰੌਣਕਾਂ ਵਧਾਉਣ ਨਾਲ ਮੇਲਾ ਕੇਲਾ ਵੇਖ ਕੇ ਆਉਣ, ਚੜ੍ਹਦੀ ਕਲਾ ਉੱਥੇ ਕੋਈ ਚੱਕਰ ਨਹੀਂ ਹੈ ਜੀ ਇੱਦਾਂ ਦਾ, ਅਤੇ ਆਪਾਂ ਦੌਰੇ ਜ਼ਰੂਰ ਜਾਵਾਂਗੇ ਜੀ। ਜਿੰਨਾ ਤੀਕ ਸੰਘਰਸ਼ ਚੱਲੂਗਾ ਉਨ੍ਹਾਂ ਤੱਕ ਆਪਾਂ ਜਦੋਂ ਜਦੋਂ ਸਾਡਾ ਸਮਾਂ ਮਿਲੂਗਾ ਅਸੀਂ ਜਾ ਕੇ ਆਵਾਂਗੇ, ਸੇਵਾ ਕਰਨ ਦਾ ਮੌਕਾ ਮਿਲੂਗਾ ਅਸੀਂ ਜ਼ਰੂਰ ਜਾਵਾਂਗੇ ਜੀ। ਵਰਤਾਰਾ ਤਾਂ ਸਹੀ ਸੀਗਾ, ਇੱਥੋਂ ਹੀ ਬਸ ਨਰੇਲਾ ਤੋਂ ਇਹਨਾਂ ਨੇ ਚੱਕਿਆ ਜਦੋਂ 29 ਤਰੀਕ ਨੂੰ, ਉਦੋਂ ਹੀ ਬਸ ਕੁੱਟਮਾਰ ਕੀਤੀ ਹੈ। ਬਾਅਦ ਵਿੱਚ ਤਾਂ ਜਿਵੇਂ ਕਿ ਕੈਦੀ ਵਗੈਰਾ ਵੀ ਸਾਰੇ ਆਪਣੀ ਇੱਜ਼ਤ ਕਰਦੇ ਸੀਗੇ, ਯਾਨੀ ਕਿ ਸਾਰੇ ਇੱਜ਼ਤ ਕਰਦੇ, ਹਰਿਆਣੇ ਵਾਲੇ ਪੁਲਿਸ ਵਾਲੇ ਵੀ ਉਹ ਸਾਡੀ ਵੀ ਇੱਜ਼ਤ ਕਰਦੇ ਸੀਗੇ। ਕਿਸਾਨਾਂ ਨੂੰ ਮੈਂ ਇਹੀ ਗੱਲ ਕਹਾਂਗਾ ਜੀ ਕਿ ਉੱਥੇ ਕੋਈ ਚੱਕਰ ਨਹੀਂ ਆ, ਕੁੱਟਮਾਰ ਤਾਂ ਚਲੋ ਕੋਈ ਗੱਲ ਨਹੀਂ ਪਈ ਆ, ਜਿਵੇਂ ਕਹਿੰਦੇ ਆ ਵੀ ਗੋਂਗਲੂਆਂ ਨਾਲੋਂ ਮਿੱਟੀ ਝੜੀ ਆ, ਕੋਈ ਚੱਕਰ ਨਹੀਂ, ਐਡੀ ਗੱਲ ਨਹੀਂ ਆ। ਬਾਕੀ ਸਾਰਿਆਂ ਨੂੰ ਮੈਂ ਇਹੀ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੂੰਗਾ ਕਿ ਉੱਥੇ ਜਾ ਕੇ ਹੋਰ ਰੌਣਕਾਂ ਵਧਾਓ, ਮਤਲਬ ਡਰਨ ਦੀ ਕੋਈ ਲੋੜ ਨਹੀਂ ਆ। ਬਸ ਇਹ ਹੈ ਵੀ ਡਰਾਉਂਦੇ ਆ ਸਾਨੂੰ, ਡਰਨ ਦੀ ਕੋਈ ਲੋੜ ਨਹੀਂ ਆ। ਤਿਹਾੜ ਜੇਲ੍ਹ 'ਚ ਭੇਜਿਆ ਵਾ, ਇੱਥੋਂ ਹੋਰ ਪਰੇ ਕਿੱਥੇ ਭੇਜ ਦੇਣਗੇ। ਨਿਊਜ਼ ਡੈਸਕ ਰਿਪੋਰਟ, ਵਰਲਡ ਪੰਜਾਬੀ ਟੀਵੀ।